न्यूक्लियस वाज फर्स्ट आइडेंटिफाइड बाय फ्रेडरिक मेशियर इन 1869। ए साइंटिस्ट सीगा जिन्हें पहली बार न्यूक्लियर डीएनए को देखा, उन्हें एक एसिडिक सब्सटेंस क्या है, ही नेम्ड इट एट न्यूक्लियम, उन्हें उन्होंने न्यूक्लियम क्या। ड्यू टू टेक्निकल उस टाइम के उत्तर टेक्निकल लिमिटेशन सीगियां, एनी लॉन्ग पॉलीमर चेन नो सी आइसोलेट मीन्स वर्क नहीं कर सकते सी, ओदी ल्यूडी ल्यूसिडेशन नहीं कर सकते सी डीएनए की स्ट्रक्चर दी, ठीक है। ता करके पुत्र जी एदे बारे एनी उदो इन्वेस्टिगेशन नहीं हुई। बट 1953 दे विच जेम्स वाटसन ते फ्रैंकिस क्रिक उन्होंने एक्सरे डिफ्रैक्शन डाटा के बेस के उत्ते डीएनए की स्ट्रक्चर दी। दे हैव टोल्ड दैट डीएनए इज अ डबल हैलेक्स मॉडल। इस क्वेश्चन को इतने डबल हैलेक्स मॉडल भी बोल देते हैं। जेम्स एंड क्रिक का वाटसन के क्रिक का मॉडल भी पूछ लेते हैं। एक्सप्लेन द स्ट्रक्चर ऑफ डीएनए अकॉर्डिंग टू द वाटसन एंड क्रिक मॉडल। 1953 ਦੇ ਵਿੱਚ ਸਭ ਤੋਂ ਪਹਿਲਾਂ ਇਹਨੇ ਦੇਖ ਲਿਆ ਸੀ 1869 ਦੇ ਵਿੱਚ, ਫਿਰ ਇਹਨਾਂ ਨੇ ਮਾਡਲ ਤਿਆਰ ਕੀਤਾ ਅਤੇ ਉਹ ਫੇਮਸ ਹੋਇਆ ਮਾਡਲ ਐਜ ਏ ਡਬਲ ਹੈਲਿਕਸ ਮਾਡਲ ਸਟਰਕਚਰ ਆਫ ਦਾ ਡੀਐਨਏ। ਦੇ ਹੁਣ ਡਬਲ ਹੈਲਿਕਸ ਮਾਡਲ ਆਫ ਡੀਐਨਏ ਦੇ ਵਿੱਚ ਕੀ ਆ, ਦੇਅਰ ਇਜ਼ ਪੇਅਰਿੰਗ ਆਫ ਪੇਅਰਿੰਗ ਬਿਟਵੀਨ ਟੂ ਸਟੈਂਡਸ ਆਫ ਪੋਲੀਨਿਊਕਲੀਓਟਾਈਡ ਚੇਨ। ਦੋਨੇ ਪੋਲੀਨਿਊਕਲੀਓਟਾਈਡ ਜਿਹੜੀਆਂ ਦੋ ਚੇਨ ਨੇ ਉਹਨਾਂ ਦੇ ਵਿੱਚ ਪੇਅਰਿੰਗ ਦੋਨਾਂ ਸਟੈਂਡ ਦੇ ਵਿੱਚ ਆ। This proposition was based on the observation of the Evan Chargaff that for double stranded DNA, the ratio between adenine, thymine, cytosine and guanine are constant and equal to। ਹੁਣ ਉਹ ਤੁਹਾਨੂੰ ਇੱਥੇ ਜਿਹੜੀ ਉਹਨੇ ਦਿਖਾਉਣੀ ਆ ਕਿ ਐਡਜਿਨ ਥਾਇਨ ਨਾਲ ਜੁੜਿਆ ਹੋਇਆ, ਸਾਈਟੋਸਿਨ ਗੁਆਨਿਨ ਨਾਲ ਜੁੜਿਆ ਹੋਇਆ। ਇਹਨਾਂ ਡਬਲ ਬੌਂਡ ਦੇ ਵਿੱਚ ਇਹੀ ਆਉਣਾ ਆ ਤੁਹਾਡੇ ਕੋਲ, ਜਿਹੜਾ ਡਬਲ ਡੀਐਨਏ ਬਣਨਾ ਸਾਡੇ ਕੋਲ ਬਣ ਗਿਆ, ਠੀਕ ਹੈ। ਐਡਜਿਨ ਥਾਇਮਿਨ ਦੇ ਨਾਲ ਸਾਈਟੋਸਿਨ ਗੁਆਨਿਨ ਦੇ ਨਾਲ ਇਹ ਵੀ ਇਹ ਇਕੁਅਲ ਪ੍ਰਪੋਰਸ਼ਨ 'ਚ ਨੇ। ਜੇ ਇੱਕ ਐਡਮਿਨ ਆ ਸਾਈਟੋਸਿਨ, ਫਿਰ ਐਡਮਿਨ, ਫਿਰ ਐਮਿਨ ਹੋ ਗਏ, ਇਕੁਅਲ ਪ੍ਰਪੋਰਸ਼ਨ 'ਚ ਹੁੰਦੇ ਨੇ, ਉਹ ਕਹਿੰਦਾ ਇਕੁਅਲ ਬਣਦੇ ਨੇ। ਹੁਣ ਬੇਸ ਪੇਅਰਿੰਗ ਕੀ ਹੈ ਇਹਨਾਂ ਦੇ ਵਿੱਚ, ਬੇਸ ਪੇਅਰਿੰਗ ਆਰ ਸੈਟ ਟੂ ਬੀ ਕੰਪਲੀਮੈਂਟਰੀ ਟੂ ਈਚ ਅਦਰ। ਕੰਪਲੀਮੈਂਟਰੀ ਦੱਸਦਾ ਹੈ ਤੁਹਾਨੂੰ, ਇੱਕ ਐਡਮਿਨ ਵਾਲੀ ਆ ਪਿਊਰੀਨ ਦੀ ਹੈ, ਇੱਕ ਪਿਰੀਮਿਡੀਨ ਦੀ ਉਹਨਾਂ ਨੇ ਕੰਪਲੀਮੈਂਟਰੀ ਵੀ ਨੇ। ਐਡਮਿਨ ਪਿਊਰੀਨ ਦੀ ਆ ਅਤੇ ਥਾਇਮਿਨ ਕੀ ਦੀ ਆ, ਪਿਰੀਮਿਡੀਨ ਦੀ ਆ, ਕੰਪਲੀਮੈਂਟਰੀ 'ਚ ਆਉਂਦੇ ਨੇ। Therefore, if the sequence of base one of bases in one strand is known, then the sequences of other strand can be predicted. ਇਹੀ ਰੀਜ਼ਨ ਆ ਜੇ ਜਿਹਦੇ ਕਰਕੇ DNA ਰੈਪਲੀਕੇਸ਼ਨ ਹੁੰਦੀ ਹੈ। ਜੇ ਇੱਕ ਸਟੈਂਡ ਬਣਿਆ ਹੋਇਆ ਤਾਂ ਦੂਸਰੇ ਸਟੈਂਡ ਦੀ ਕਾਪੀ ਆਟੋਮੈਟਿਕਲੀ ਤਿਆਰ ਹੋ ਜਾਣੀ ਆ, ਕਿਉਂ ਦੇ ਆਰ ਇਨ ਦਾ ਅਲਟਰਨੇਟਿਵ ਫੋਰਮ ਦੇ ਵਿੱਚ। ਜਿਹੜਾ ਪੁਰਾਣਾ ਆ ਡੀਐਨਏ ਦਾ ਸਟੈਂਡ, ਦੈਟ ਐਕਟ ਐਜ਼ ਅ ਟੈਂਪਲੇਟ ਦਾ ਕੰਮ ਕਰਦਾ ਫਾਰ ਦਾ ਸਿੰਥੈਸਿਸ ਆਫ ਦਾ ਨਿਊ ਸਟੈਂਡਸ। ਫਾਰ ਐਗਜ਼ਾਮਪਲ ਸਾਡੇ ਕੋਲ ਇਹ ਸਟੈਂਡ ਆ, ਇੱਕ ਇਹ ਟੈਂਪਲੇਟ ਦਾ ਕੰਮ ਕਰੂਗਾ ਅਤੇ ਆਹ ਵਾਲਾ ਨਿਊ ਬਣੂਗਾ। ਹੁਣ ਕਿਵੇਂ ਨਿਊ ਬਣਿਆ ਇਹ ਤੁਹਾਨੂੰ ਰੈਪਲੀਕੇਸ਼ਨ ਦੇ ਵਿੱਚ ਦੱਸਦੇ ਆ। ਉਹ ਦੋਨੇ ਸਟੈਂਡ ਕਿਸ ਤਰ੍ਹਾਂ ਬਣਦੇ ਨੇ, ਬਟ ਸਟਰਕਚਰ ਨੂੰ ਕਲੀਅਰ ਕਰਨ ਦੇ ਲਈ ਉਹਨਾਂ ਨੇ ਕੁਝ ਫੀਚਰਸ ਦਿੱਤੇ ਆ ਡਬਲ ਹੈਲਿਕਸ ਮਾਡਲ ਦੇ। ਨੰਬਰ 1, ਇਟ ਇਜ਼ ਮੇਡ ਅਪ ਆਫ ਟੂ ਪੋਲੀਨਿਊਕਲੀਓਟਾਈਡ ਚੇਨ। ਸਟਾਰਟ ਕੀਤੀ ਹੋਈ ਹੈ, ਇਟ ਇਜ਼ ਮੇਡ ਅਪ ਆਫ ਟੂ ਪੋਲੀਨਿਊਕਲੀਓਟਾਈਡ ਚੇਨ। ਕਹਿੰਦਾ ਜਿਹੜਾ ਡੀਐਨਏ ਆ ਉਹ ਦੋ ਪੋਲੀਨਿਊਕਲੀਓਟਾਈਡ ਚੇਨ ਦਾ ਬਣਿਆ ਹੋਇਆ। ਡਬਲ ਹੈਲਿਕਸ ਦਾ ਮਤਲਬ ਇਹ ਆ ਕਿ ਡਬਲ ਹੈਲੀਕਲ, ਹੈਲਿਕਸ ਮੀਨਸ ਹੁੰਦਾ ਹੈਲੀਕਲ ਫੋਰਮ ਦੇ ਵਿੱਚ, ਹੈ ਨਾ। ਆਹ ਵਾਲੇ ਜਿਹੜੇ ਸਪ੍ਰਿੰਗ ਜਿਹੜੀ ਫੋਰਮ ਆ ਅਸੀਂ ਇਹਨੂੰ ਹੈਲਿਕਸ ਕਹਿੰਦੇ ਹਾਂ। ਡਬਲ ਹੈਲਿਕਸ ਆ where the backbone is constituted by sugar phosphate and the bases project inside. Backbone ਬਣਾਉਂਦੀ ਆ ਤੁਹਾਡੀ ਸ਼ੂਗਰ ਅਤੇ ਫੋਸਫੇਟ, ਠੀਕ ਆ, ਅਤੇ ਜਿਹੜੇ ਬੇਸ ਪੇਅਰ ਨੇ ਇਹਦੇ ਤੋਂ ਨੀਚੇ ਨੂੰ ਹੈਂਗ ਟੰਗੇ ਹੋਏ ਨੇ, ਜਿੱਦਾਂ ਆਪਾਂ ਕਹਿੰਦੇ ਹੈਂਗ ਕਰਦੇ ਨੇ ਇਹਦੇ ਤੋਂ ਨੀਚੇ ਨੂੰ। ਟੂ ਸਟੈਂਡਸ ਹੈਵ ਐਂਟੀ ਪੈਰਲਰ ਪੋਲੈਰਿਟੀ, ਇਟ ਮੀਨਸ ਜੇ ਇੱਕ ਸਟੈਂਡ 5 ਤੋਂ 3 ਐਂਡ ਨੂੰ ਜਾ ਰਿਹਾ ਤਾਂ ਦੂਸਰਾ ਸਟੈਂਡ ਤੁਹਾਡਾ 3 ਤੋਂ 5 ਐਂਡ ਨੂੰ ਜਾਊਗਾ, ਐਂਟੀ ਪੋਲੈਰਿਟੀ ਚ ਹੁੰਦੇ ਨੇ। ਟੂ ਸਟੈਂਡਸ ਆਰ ਪੇਅਰਡ
हाइड्रोजन बॉन्ड, दोनों स्टैंड आपस एक दूजे ना हाइड्रोजन ग्रुप नाल जुड़े हुए ने। एडीन जिहड़ा पुत्र जी ओ थायमिन दे नाल डबल बॉन्ड हाइड्रोजन, ते जिहड़ा तुहाडे कोल साइटोसिन ना ओ गुआनिन दे नाल ट्रिपल बॉन्ड दे विच ए हाइड्रोजन बॉन्डिंग आ। एक डबल बॉन्ड दे विच ते दूसरा तुहाडे कोल ट्रिपल बॉन्ड दे विच। इसे तरह उन्हें हम अगे दसदा आ एडमिन फॉर्म टू हाइड्रोजन बॉन्ड विद थायमिन एंड द अपोजिट गुआनिन फॉर्म ट्रिपल बॉन्ड विद द साइटोसिन। गुआनिन इज बॉन्डेड विद साइटोसिन विद थ्री हाइड्रोजन बॉन्ड। ऑलवेज ए प्यूरीन कम्स अपोजिट द प्यूरीडीन, और पहले ही असं उन्हें अल्टरनेटिव फॉर्म के होल्ड करके ही कॉपी बनानी ईजी आ। This generate approximately uniform distance between the two strands of the helix. इसका मतलब यह है कि जोड़ा आ वाला बॉन्ड है ये करके जोड़ा ये डिस्टेंस यूनिफॉर्म मीनस इको जहा ही रहता है। हाइड्रोजन बॉन्ड करके जोड़ा डिस्टेंस यूनिफॉर्म रहता है। कितने भी चले जाओ ह्यूमन बींग, चाहे इंडिया के ह्यूमन बींग देख लो, चाहे बाहर किसी भी कंट्री का ह्यूमन बींग ले लो, डीएनए का जोड़ा डिस्टेंस एक ही होगा। समझ गए कि नहीं? जो टू चेन्स आर कॉइल्ड इन ए राइट हैंडेड फैशन, एक दूजे राइट हैंडेड एक दूजे कॉइल होने होंगे ने। पिच ऑफ द हेलिक्स इज 3.4 नैनोमीटर। हूँ पिच की है जिन्होंने इन्हें कहा भी 3.4 नैनोमीटर। पिच हो गया पूरी एक हेल इथों से लैके इतने तक 3.4 नैनो मीटर पिच। इट मीन्स दैट अ नैनोमीटर इज 1 बिलियनथ ऑफ द मीटर दैट इज 10.9। एक नैनोमीटर कहते हैं 1 बिलियनथ ऑफ अ मीटर, मीटर का एक बिलियन पार्ट है। एंड देयर आर रफली 10 बेस पेयर इन ईच टर्न, हरेक टर्न के विच कितने बेस पेयर आते हैं इतों से इतने तक 10 बेस पेयर। कंसीक्वेंटली द डिस्टेंस बिटवीन द बेस पेयर इज 0.3 नैनोमीटर। तो फिर बेस पेयर के विच आ बेस पेयर के एरे विच कितना डिस्टेंस आ गया 0.34 नैनोमीटर, क्योंकि टोटल के विच इतना आया तो इसके विच इतना आ गया। प्लेन ऑफ वन बेस पेयर स्टैक्स ओवर द अदर इन डबल हेलिक्स, दिस इन एडिशनल टू हाइड्रोजन बॉन्डिंग दैट इज द हाइड्रोजन बॉन्डिंग करके दी स्टेबिलिटी है स्ट्रक्चर दी, स्ट्रक्चर स्टेबल रहती है। नेक्स्ट दे हैव टोल्ड यू अबाउट द सेंट्रल डॉग्मा, व्हाट इज सेंट्रल डॉग्मा। Rankine's Crick proposed the model of central dogma that states that the genetic information flows from DNA to RNA, RNA to protein. Central dogma de vich unhone ki dassya ke jehdi vi genetic information aa oh DNA to kide janiyan, RNA de vich RNA to kide janiyan, proteins ke jehdi information oh as form ch move kardi aa theek hai, but इन सम वायरसिस कुछ वायरसिस के जड़ी इनफॉर्मेशन है रिवर्स डायरेक्शन चल रही है, रिवर्स हो जाती है, दैट इज कॉल्ड सेंट्रल डॉग्मा।